ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ। ਰੇਡੀਓ ਤੇ ਟੀਵੀ ਸ਼ੋ ਦੋਵੇਂ ਜੁੜ ਚੁੱਕੇ ਨੇ। ਅੱਜ ਮੈਂ ਪਹਿਲਾ ਟੀਵੀ ਸ਼ੋ ਕਰ ਰਿਹਾ ਹਾਂ। ਰੇਡੀਓ ਸਰੋਤੇ ਜਿਹੜੇ ਮੈਨੂੰ ਸੁਣ ਰਹੇ ਨੇ ਰੇਡੀਓ ਦੇ ਉੱਤੇ, ਉਹਨਾਂ ਲਈ ਇੱਕ ਸੁਨੇਹਾ ਹੈ। ਜੇ ਤੁਸੀਂ ਕਾਲ ਕਰਨੀ ਹੈ ਤਾਂ ਅੱਜ ਦਾ ਨੰਬਰ ਹੈ 4166400200, 416-640-0200 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਮਾਂ ਤੇ ਬਾਪ। ਮਾਂ ਦੇ ਉੱਤੇ ਅਸੀਂ ਗੀਤ ਚਲਾ ਰਹੇ ਹਾਂ, ਪੇਰੈਂਟਸ, ਜਦਕਿ ਅਸੀਂ ਦੋਨਾਂ ਦੀਆਂ ਗੱਲਾਂ ਕਰ ਰਹੇ ਹਾਂ, ਮਾਂ ਤੇ ਬਾਪ ਦੀਆਂ। ਕਹਿੰਦਾ, ਕੀਤੇ ਸਾਰੇ ਜੋ ਪੁਗਾਏ ਵਾਦੇ ਅੱਗੇ ਵੀ ਨਿਭਾਵਾਂਗਾ, ਕੀਤੇ ਸਾਰੇ ਜੋ ਪੁਗਾਏ ਵਾਦੇ ਅੱਗੇ ਵੀ ਨਿਭਾਵਾਂਗਾ, ਮਾਂ ਹੁਣ ਮੈਨੂੰ ਜਾਣ ਦੇ, ਮੈਂ ਅਗਲੇ ਸਾਲ ਫਿਰ ਆਵਾਂਗਾ, ਮੈਂ ਅਗਲੇ ਸਾਲ ਫਿਰ ਆਵਾਂਗਾ। ਹਰ ਸਾਲ ਬਹੁਤ ਬਹੁਤ ਪੰਜਾਬੀ ਨੇ, ਬਹੁਤ ਆਪਣੇ ਪੰਜਾਬ ਦੇ ਮੁੰਡੇ ਕੁੜੀਆਂ ਸਾਡੇ ਜੋ ਪੁਰਾਣੇ ਇੱਥੇ ਆਏ ਹੋਏ ਨੇ, ਉਹ ਹਰ ਸਾਲ ਪੰਜਾਬ ਜਾਂਦੇ ਨੇ, ਆਪਣੇ ਪੇਰੈਂਟਸ ਨੂੰ ਮਿਲ ਕੇ ਆਉਂਦੇ ਨੇ, ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆਉਂਦੇ ਨੇ, ਆਪਣੇ ਘਰ ਜਿਹੜੇ ਉੱਥੇ ਛੱਡ ਕੇ ਆਏ ਹੋਏ ਨੇ ਉਹਨਾਂ ਨੂੰ ਵੇਖਣ ਜਾਂਦੇ ਨੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਨੇ, ਉਹਨਾਂ ਨੂੰ ਵਿਖਾਉਂਦੇ ਨੇ ਪੰਜਾਬ ਦਾ ਕਲਚਰ, ਪੰਜਾਬ ਦਾ ਵਿਰਸਾ ਜੋ ਹੈ ਉਹ ਉੱਥੇ ਦਿਖਾ ਲਾਂ ਕਿ ਕੈਨੇਡਾ ਦੇ ਵਿੱਚ ਇਸ ਚੀਜ਼ ਨੂੰ ਮੈਂ ਬਹੁਤ ਵਧੀਆ ਮੰਨਦਾ ਹਾਂ। ਕੈਨੇਡਾ ਦੇ ਵਿੱਚ ਕਿਤੇ ਵੀ ਆ ਕੇ ਇੰਜ ਮਹਿਸੂਸ ਨਹੀਂ ਹੁੰਦਾ ਕਿ ਤੁਸੀਂ ਪੰਜਾਬ ਤੋਂ ਬਹੁਤ ਜ਼ਿਆਦਾ ਪਰੇ ਹੋ। ਮੈਨੂੰ ਮੌਕਾ ਮਿਲਿਆ ਸੀ, ਮੈਂ ਮੁੰਬਈ ਦੇ ਵਿੱਚ ਇੱਕ ਵਾਰ ਜੋਬ ਕੀਤੀ ਸੀਗੀ। ਮੈਂ ਪੇਸ਼ੇਵਰ, ਮੈਂ ਬਾਏ ਪ੍ਰੋਫੈਸ਼ਨ ਸੋਫਟਵੇਅਰ ਇੰਜੀਨੀਅਰ ਹਾਂ। ਮੈਂ ਮੁੰਬਈ ਦੇ ਵਿੱਚ, ਮੈਨੂੰ ਮੌਕਾ ਮਿਲਿਆ ਸੀ ਇੱਕ ਵਾਰ ਜੋਬ ਕਰਨ ਦਾ। ਮੈਂ ਮੁੰਬਈ ਗਿਆ ਅਤੇ ਮੈਨੂੰ ਉੱਥੇ ਇੰਝ ਲੱਗਿਆ, ਮੁੰਬਈ ਤੋਂ ਬਾਅਦ ਜਦੋਂ ਮੈਂ ਕੈਨੇਡਾ ਆਇਆ ਮੈਨੂੰ ਇੰਝ ਲੱਗਿਆ ਕਿ ਮੁੰਬਈ ਤੋਂ ਵੱਧ ਮੈਂ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਫੀਲ ਕਰਦਾ। ਮੁੰਬਈ ਦੇ ਵਿੱਚ ਘੱਟ ਪੰਜਾਬੀ ਦੇਖਣ ਨੂੰ ਮਿਲੇ ਮੈਨੂੰ, ਕੈਨੇਡਾ ਦੇ ਵਿੱਚ ਜ਼ਿਆਦਾ। ਸੋ ਮੈਂ ਆਪ ਇਸ ਚੀਜ਼ ਨੂੰ ਸਾਹਮਣੇ ਰੱਖਣਾ ਚਾਹਾਂਗਾ ਕਿ ਕੈਨੇਡਾ ਦੇ ਵਿੱਚ ਇਸ ਚੀਜ਼ ਦਾ ਸਾਨੂੰ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਪੰਜਾਬ ਤੋਂ ਬਹੁਤ ਦੂਰ ਆ ਗਏ ਹਾਂ, ਕਿਉਂਕਿ ਸਾਡੀ ਕਮਿਊਨਿਟੀ ਨੇ, ਪੰਜਾਬੀਆਂ ਨੇ ਇੰਨੀਆਂ ਤਰੱਕੀਆਂ ਕੀਤੀਆਂ ਨੇ। ਔਰ ਸ਼ਾਇਦ ਹੀ ਕੋਈ ਐਸਾ ਫੀਲਡ ਹੋਏਗਾ, ਸ਼ਾਇਦ ਹੀ ਕੋਈ ਐਸਾ ਖੇਤਰ ਹੈ ਜਿਸ ਦੇ ਵਿੱਚ ਅਸੀਂ ਮੱਲਾਂ ਨਹੀਂ ਮਾਰੀਆਂ ਇੱਥੇ। ਸੋ ਇਹ ਬਹੁਤ ਗਰਵ ਦੀ ਗੱਲ ਹੈ, ਮਾਣ ਵਾਲੀ ਗੱਲ ਹੈ। ਪਰਮਾਤਮਾ ਇੰਝ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਪੰਜਾਬੀਆਂ ਨੂੰ। ਮਾਂ ਬਾਪ ਦੀਆਂ ਦੁਆਵਾਂ ਨੇ ਸਾਡੇ ਸਾਰਿਆਂ ਦੇ ਨਾਲ, ਉਹਨਾਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਇੱਥੇ ਤੱਕ ਪਹੁੰਚਦੇ ਹਾਂ। ਇੰਡੀਆ ਦੇ ਵਿੱਚ ਗੇੜਾ ਮਾਰਨਾ, ਪੰਜਾਬ ਗੇੜਾ ਮਾਰ ਲੈਣਾ ਚਾਹੀਦਾ ਹੈ ਜਦੋਂ ਮੌਕਾ ਲੱਗੇ, ਸਾਲ 2 ਸਾਲ ਬਾਅਦ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਓ। ਸੋ ਇਸੇ ਕਰਕੇ ਮੈਂ ਇਹ ਸਤਨਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ, ਉਹਦੇ ਵਿੱਚੋਂ ਗੱਲ ਨਿਕਲੀ ਹੈ। ਕੀਤੇ ਸਾਰੇ ਜੋ ਪੁਗਾਏ ਵਾਦੇ ਅੱਗੇ ਵੀ ਨਿਭਾਵਾਂਗਾ, ਮਾਂ ਹੁਣ ਮੈਨੂੰ ਜਾਣ ਦੇ, ਮੈਂ ਅਗਲੇ ਸਾਲ ਫਿਰ ਆਵਾਂਗਾ। ਚਿਰਾਂ ਤੋਂ ਸੀ ਦੇਵ ਦੇ ਲਾ ਆਇਆ ਹਾਂ ਉਲਾਮਿਆਂ ਨੂੰ, ਚਿਰਾਂ ਤੋਂ ਸੀ ਦੇਵ ਦੇ ਲਾ ਆਇਆ ਹਾਂ ਉਲਾਮਿਆਂ ਨੂੰ, ਜਾ ਕੇ ਜਲੰਧਰ ਮਿਲ ਆਇਆ ਦੋਹਾਂ ਮਾਮਿਆਂ ਨੂੰ। ਮਾਲਵੇ ਦੇ ਵੱਲ ਨੂੰ ਫਿਰ ਪਿੰਡ ਗਿਆ ਮੇਰੇ ਸਹੁਰਿਆਂ ਦੇ, ਮਾਲਵੇ ਦੇ ਵੱਲ ਫਿਰ ਪਿੰਡ ਗਿਆ ਮੇਰੇ ਸਹੁਰਿਆਂ ਦੇ, ਪੈਂਟ ਸ਼ਰਟਾਂ ਤੋਂ ਵੱਧ ਪਾਉਂਦੇ ਕੁੜਤੇ ਪਜਾਮਿਆਂ ਨੂੰ। ਸਦਕੇ ਉਹਨਾਂ ਯਾਰਾਂ ਜਿਨ੍ਹਾਂ ਅੱਖੀਆਂ 'ਤੇ ਚੁੱਕਿਆ, ਸਦਕੇ ਉਹਨਾਂ ਯਾਰਾਂ ਜਿਨ੍ਹਾਂ ਅੱਖੀਆਂ 'ਤੇ ਚੁੱਕਿਆ, ਇਹਤਰਾਮ ਦਿਲੀ ਚੈਟੀ ਕਰੇ ਇਸ ਯੁੱਗ ਦਿਆਂ ਸੁਧਾਮਿਆਂ ਨੂੰ। ਬਾਪੂ ਜੀ ਦੀ ਕਹੀ ਗੱਲ ਦਿਲ 'ਚੋਂ ਨਾ ਭੁਲਾਵਾਂਗਾ, ਬਾਪੂ ਜੀ ਦੀ ਕਹੀ ਗੱਲ ਦਿਲ 'ਚੋਂ ਨਾ ਭੁਲਾਵਾਂਗਾ, ਦੌਲਤਾਂ ਮੈਂ ਘੱਟ ਵੱਧ ਇੱਜ਼ਤਾਂ ਕਮਾਵਾਂਗਾ, ਮਾਂ ਹੁਣ ਮੈਨੂੰ ਜਾਣ ਦੇ, ਮੈਂ ਅਗਲੇ ਸਾਲ ਫਿਰ ਆਵਾਂਗਾ। ਇੱਕ ਵਾਅਦਾ ਕਰਕੇ ਆਉਂਦੇ ਹਾਂ ਅਸੀਂ, ਮੈਂ ਕਰਕੇ ਆਇਆ ਹਾਂ ਕਿ ਮੈਂ ਹਰ ਸਾਲ ਕੋਸ਼ਿਸ਼ ਕਰਾਂਗਾ ਕਿ ਮੈਂ ਹਰ ਸਾਲ ਆਵਾਂ ਪੰਜਾਬ ਦੇ ਵਿੱਚ, ਕਿਉਂਕਿ ਮਾਂ ਦਾ ਕਦੀ ਚਿੱਤ ਨਹੀਂ ਕਰਦਾ ਹੁੰਦਾ ਕਿ ਪੁੱਤ ਨੂੰ ਵਾਪਸ ਭੇਜਾਂ। ਜਦੋਂ ਉੱਥੇ ਜਿੰਨੇ ਦਿਨ ਅਸੀਂ ਵੱਧ ਗੁਜ਼ਾਰਦੇ ਹਾਂ ਉੱਥੇ, ਉਨਾ ਜ਼ਿਆਦਾ ਸਾਡਾ ਦਿਲ ਉੱਥੇ ਲੱਗਦਾ ਹੈ, ਫਿਰ ਅਸੀਂ ਉਨਾ ਹੀ ਔਖਾ ਉੱਥੋਂ ਵਾਪਸ ਆਉਂਦੇ ਹਾਂ। ਮਗਰ ਇੱਕ ਵਾਅਦੇ ਦੇ ਨਾਲ ਆਉਂਦੇ ਹਾਂ, ਇੱਕ ਵਾਅਦਾ ਕਰਕੇ ਆਉਂਦੇ ਹਾਂ ਕਿ ਹਾਂ ਅਸੀਂ ਫਿਰ ਜ਼ਰੂਰ ਆਵਾਂਗੇ। ਇੱਕ ਵਾਰ ਜਦੋਂ ਅਸੀਂ ਪੰਜਾਬ ਤੋਂ ਚੱਲਦੇ ਹਾਂ ਉੱਥੇ ਕੁਝ ਵਕਤ ਬਿਤਾ ਕੇ, ਜਦੋਂ ਅਸੀਂ ਘਰ ਤੋਂ ਦੁਬਾਰਾ ਕੈਨੇਡਾ ਨੂੰ ਜਾਂ ਕਿਸੇ ਵੀ ਹੋਰ ਮੁਲਕ ਨੂੰ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਨੇ, ਜਦੋਂ ਵੀ ਅਸੀਂ ਘਰੋਂ ਚੱਲਦੇ ਹਾਂ ਤਾਂ ਇੱਕ ਹੁੰਦਾ ਹੈ ਕਿ ਹਾਂ ਅਗਲੇ ਸਾਲ ਅਸੀਂ ਫਿਰ ਆਵਾਂਗੇ, ਜਿੰਨਾ ਚਿਰ ਅਸੀਂ ਜ਼ਿਆਦਾ ਬਿਤਾਉਂਦੇ ਹਾਂ। ਸੋ ਇੱਕ ਵਾਅਦਾ ਅਸੀਂ ਕਰਕੇ ਆਉਂਦੇ ਹਾਂ। ਸੋ ਮੈਂ ਇਹ 17 ਲਿਖੀਆਂ ਸੀਗੀਆਂ ਕਿਉਂਕਿ ਮੈਂ ਕਈਆਂ ਕੋਲੋਂ ਸੁਣਿਆ, ਜਿਹੜੇ ਜਿਹੜੇ ਨਵੇਂ ਇੱਥੇ, ਨਵੇਂ ਨਹੀਂ, ਜਿਹੜੇ ਜਿਹੜੇ ਆਪਣੇ ਪੰਜਾਬ ਤੋਂ ਮੁੜ ਕੇ ਵਾਪਸ ਆਉਂਦੇ ਨੇ, ਉਹ ਆ ਕੇ ਇੱਕ ਵਾਰ ਜ਼ਰੂਰ ਕਹਿੰਦੇ ਹਾਂ ਮੈਂ ਅਗਲੇ ਸਾਲ ਫਿਰ ਜਾਣਾ ਹਾਂ, ਮੈਂ ਇਹ ਚੀਜ਼ ਉੱਥੇ ਕਰਕੇ ਆਇਆ ਹਾਂ, ਮੈਂ ਇਹਨਾਂ ਯਾਰਾਂ ਦੋਸਤਾਂ ਨੂੰ ਕਹਿ ਕੇ ਆਇਆ ਹਾਂ, ਕਿਸੇ ਦਾ ਵਿਆਹ ਹੁੰਦਾ ਯਾਰ ਦੋਸਤ ਦਾ ਅਗਲੇ ਸਾਲ ਨੂੰ, ਮੈਂ ਅਗਲੇ ਸਾਲ ਤੇਰੇ ਵਿਆਹ 'ਤੇ ਆਵਾਂਗਾ, ਕਿਸੇ ਦਾ ਜਨਮ ਦਿਨ, ਕੋਈ ਪਾਰਟੀ ਘਰ 'ਚ ਰੱਖੀ ਹੁੰਦੀ ਹੈ, ਘਰ ਨੂੰ ਬਣਾਉਣਾ ਹੁੰਦਾ ਹੈ, ਖੇਤਾਂ ਦਾ ਕੋਈ ਕੰਮ ਹੁੰਦਾ ਹੈ। ਸੋ ਇੱਕ ਵਾਅਦਾ ਅਸੀਂ ਕਰਕੇ ਆਉਂਦੇ ਹਾਂ, ਚਾਹੇ ਉਹ ਕਿਸੇ ਦੇ ਨਾਲ ਨਾ ਕਰੀਏ, ਆਪਣੇ ਆਪ ਦੇ ਨਾਲ ਹੀ ਇੱਕ ਵਾਰੀ ਅਸੀਂ ਸੋਚ ਕੇ ਜ਼ਰੂਰ ਆਉਂਦੇ ਹਾਂ ਕਿ ਹਾਂ ਅਸੀਂ ਅਗਲੇ ਸਾਲ ਫਿਰ ਗੇੜਾ ਮਾਰਾਂਗੇ। ਸੋ ਮੇਰੀ ਇਹ ਬੇਨਤੀ ਹੈ ਕਿ ਜ਼ਰੂਰ ਜਦੋਂ ਵੀ ਮੌਕਾ ਲੱਗੇ ਪੰਜਾਬ ਨੂੰ ਗੇੜਾ ਜ਼ਰੂਰ ਮਾਰ ਲਿਆ ਕਰੋ, ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਜਾਇਆ ਕਰੋ, ਆਪਣੇ ਵਿਰਸੇ ਦੇ ਨਾਲ, ਆਪਣੀ ਬੋਲੀ ਦੇ ਨਾਲ ਜੁੜੇ ਰਹਿੰਦੇ ਨੇ ਇਸੇ ਬਹਾਨੇ। ਪਿਛੋਕੜ, ਕਿਉਂਕਿ ਗੱਲ ਪਿਛੋਕੜ ਦੀ ਹੋ ਰਹੀ ਹੈ, ਪਿਛੋਕੜ ਵੀ ਇਸ ਨਾਲ ਅਸੀਂ ਪਿਛੋਕੜ ਦੇ ਨਾਲ ਜੁੜੇ ਰਹਿੰਦੇ ਹਾਂ। ਗੀਤ ਅਗਲਾ ਜੋ ਅਸੀਂ ਲਾਈਨ ਅਪ ਤੁਹਾਡੇ ਲਈ ਕੀਤਾ ਹੈ ਉਹ ਹੈ ਕੁਲਦੀਪ ਮਾਨਖਾਨਾ ਦਾ,
ਅੱਜ ਉਹ ਸਾਡੇ ਵਿੱਚ ਨਹੀਂ ਨੇ, ਮਗਰ ਉਹਨਾਂ ਦੀਆਂ ਗੀਤਾਂ ਨਾਲ ਉਹਨਾਂ ਦੀ ਆਵਾਜ਼ ਸਾਡੇ ਵਿੱਚ ਹਮੇਸ਼ਾ ਗੂੰਜ ਰਹੀ, ਸਾਡੇ ਦਿਲਾਂ ਦੇ ਵਿੱਚ, ਰੂਹਾਂ ਦੇ ਵਿੱਚ ਵਸੀ ਹੋਈ ਹੈ ਉਹਨਾਂ ਦੀ ਆਵਾਜ਼। ਉਹਨਾਂ ਦਾ ਇੱਕ ਬਹੁਤ ਬੁਲੰਦ ਗੀਤ ਹੈ, ਮੈਂ ਬੁਲੰਦ ਗੀਤ ਇਸ ਲਈ ਕਹਿ ਰਿਹਾ ਕਿਉਂਕਿ ਉਹ ਬੁਲੰਦ ਆਵਾਜ਼ ਦੇ ਮਾਲਕ ਸੀ, ਉਹਨਾਂ ਦਾ ਜਿਹੜਾ ਸੁਰ ਸੀ, ਉਹਨਾਂ ਦੀ ਜਿਹੜੀ ਆਵਾਜ਼ ਸੀਗੀ, ਕਹਿੰਦੇ ਬਿਨਾਂ ਮਾਈਕ ਤੋਂ ਵੀ ਗਾ ਦਿੰਦੇ ਸੀ, ਫਿਰ ਵੀ ਮਹਿਫਿਲ ਦੇ ਵਿੱਚ ਉਹਨਾਂ ਦੀ ਆਵਾਜ਼ ਕੜਕਦੀ ਸੀਗੀ ਅਤੇ ਦੂਰ ਤੱਕ ਉਹਨਾਂ ਦੀ ਆਵਾਜ਼ ਸੁਣਦੀ ਹੁੰਦੀ ਸੀ। ਸੋ ਉਹਨਾਂ ਦਾ ਗੀਤ ਸੁਣਦੇ ਹਾਂ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲੇ ਹੋ, ਮਾਂ ਏ ਠੰਡੜੀ ਛਾਂ ਉਹ ਦੁਨੀਆ ਵਾਲੇ ਹੋ, ਕੁਲਦੀਪ ਮਾਨਕ ਸਾਹਿਬ। ਮਹਿਫਿਲ ਦੇ ਵਿੱਚ ਫਿਰ ਇੱਕ ਵਾਰ ਸਵਾਗਤ। ਅੱਜ ਦੀ ਮਹਿਫਿਲ ਦਾ ਆਖਰੀ ਗੀਤ ਅਸੀਂ ਹੁਣ ਚਲਾਵਾਂਗੇ। ਸਮਾਂ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਿਹਾ ਹੈ, ਟੀਵੀ ਸ਼ੋ ਇੱਥੇ ਹੀ ਖਤਮ ਹੋ ਜਾਏਗਾ, ਰੇਡੀਓ ਸ਼ੋ ਸਾਡਾ ਮਹਿਫਿਲ ਜਿਹੜੀ ਰੇਡੀਓ ਦੇ ਉੱਤੇ ਉਹ 2 ਵਜੇ ਤੱਕ ਚੱਲੇਗੀ। ਸੋ ਅੱਜ ਦੇ ਟੀਵੀ ਸ਼ੋ ਦੀ ਇਹ ਆਖਰੀ ਪੇਸ਼ਕਸ਼ ਹੋਏਗੀ, ਇਹ ਗੀਤ ਆਖਰੀ ਹੋਏਗਾ, ਕਬੀਰ ਹਨਾ ਦੀ ਆਵਾਜ਼ ਦੇ ਵਿੱਚ ਅਸੀਂ ਮਾਂ ਚਲਾਵਾਂਗੇ। ਸੋ ਆਖਰੀ ਕੁਝ ਸਤਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗਾ ਕਿ ਦੁਆ ਮੇਰੀ ਮੇਰਾ ਸਲਾਮ ਸੱਚੇ ਹੱਥਾਂ ਵਿੱਚ ਪੁੱਜੇ, ਅਸੀਂ ਜਾਣਦੇ ਹਾਂ ਤੁਸੀਂ ਰੂਹਾਨੀ ਕੰਮਾਂ ਵਿੱਚ ਰੁੱਝੇ, ਉਂਝ ਲਿਖਦਾ ਚੈਟੀ ਕਈਆਂ ਨੂੰ ਜ਼ਿੰਦਗੀ ਦੇਵਣ ਨੂੰ, ਉਂਝ ਲਿਖਦਾ ਚੈਟੀ ਕਈਆਂ ਨੂੰ ਜ਼ਿੰਦਗੀ ਦੇਵਣ ਨੂੰ, ਕਾਸ਼ ਸ਼ਬਦਾਂ ਦਾ ਇਹ ਤੀਰ ਤੁਹਾਡੇ ਦਿਲਾਂ ਵਿੱਚ ਖੁੱਬੇ, ਦੁਆ ਮੇਰੀ ਇਹ ਸਲਾਮ ਸੱਚੇ ਦਿਲਾਂ ਵਿੱਚ ਪੁੱਜੇ। ਸੋ ਇਹਨਾਂ ਸਤਰਾਂ ਦੇ ਨਾਲ ਅੱਜ ਦੀ ਮਹਿਫਿਲ ਦੀ ਅਸੀਂ ਇੱਥੇ ਹੀ ਸਮਾਪਤੀ ਕਰਦੇ ਹਾਂ। ਅਗਲੇ ਹਫ਼ਤੇ
ਦਿਨ ਐਤਵਾਰ ਨੂੰ 11 ਤੋਂ 1 ਵਜੇ ਤੱਕ ਸਾਡਾ ਸਾਥ ਰਹੇਗਾ ਪ੍ਰੋਗਰਾਮ ਮਹਿਫਿਲ ਦੇ ਵਿੱਚ। ਨਵਾਂ ਵਿਸ਼ਾ, ਨਵੀਂ ਸੋਚ ਲੈ ਕੇ ਆਵਾਂਗੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵਿਸ਼ਾ ਤੇ ਅੱਜ ਦੀ ਮਹਿਫਿਲ ਪਸੰਦ ਆਈ ਹੋਵੇਗੀ। ਇੱਥੇ ਮੈਨੂੰ ਦੇ ਦਿਓ ਇਜਾਜ਼ਤ। ਰੱਬ ਰਾਖਾ, ਸਤਿ ਕਹਿਰਾਂ, ਸਤਿ ਸ੍ਰੀ ਅਕਾਲ ਜੀ। ਮਾਂ ਲਿਖਾਇਆ ਖਤ ਵੀਰਾ, ਤੇ ਲਿਖ ਤੁਮ ਨਿੱਕੀ ਭੈਣ ਵੀਰਾ, ਤੇਰੀ ਰਾਜ਼ੀ ਬਾਜ਼ੀ ਪੁੱਛਦੇ ਆ, ਪਰ ਆਏ ਮਾਂ ਦੇ ਤੈਨੂੰ ਵੇਖੇ ਬਿਨਾ ਨਾ ਮੁੱਕ ਜਾਵੇ, ਵੇਖੇ ਬਿਨਾ ਨਾ ਮੁੱਕ ਜਾਵੇ, ਬਸ ਐਸੇ ਗੱਲੋਂ ਡਰਦੀ ਆ। ਹੁਣ ਉੱਠਦਿਆਂ ਪੈਂਦਿਆਂ ਵੀਰਾ ਵੇ, ਮਾਂ ਰਾਜਿਆ ਰਾਜਿਆ ਕਰਦੀ ਆ, ਹੁਣ ਉੱਠਦਿਆਂ ਬਹਿੰਦਿਆਂ ਵੀਰਾ ਵੇ, ਮਾਂ ਰਾਜਿਆ ਰਾਜਿਆ ਕਰਦੀ ਆ। ਸੌ ਸੌ ਵਾਰ ਤੇਰੇ ਖਤ ਚੁੰਮਦੀ, ਉਹ ਕਰੇ ਇਕੱਲੀ ਗੱਲਾਂ, ਤੈਨੂੰ ਵੀਰਾ ਰੋਂਦੀ ਮਾਂ ਦਾ ਹਾਲ ਕਿਵੇਂ ਲਿਖ ਕੱਲਾਂ। ਛੇਤੀ ਕਰ ਆ ਜਾਵੇ ਪੁਕਾਰੇ।